ਸ਼ਰਮ ਦੇ ਗਏ ਪਹੁੰਚ ਅਸੀਂ ਪਰਮਵੀਰ ਹੈਲੋ ਕਰਦੇ ਹਾਏ ਤੂੰ ਵੀ ਕਰਦੇ ਉੱਧਰ ਮਿਲ ਵਰਤਨ ਚੱਲਦਾ ਮੇਰਾ ਫੋਨ ਇੰਨਾ ਕਲੀਅਰ ਨਹੀਂ ਹੈਗਾ ਨਾ ਰਾਤ ਨੂੰ ਗੱਡੀਆਂ ਹੀ ਆਪਣੇ ਮਿਨੀ ਮਸਟੈਂਗ ਲੈ ਕੇ ਆਇਆ ਇੰਡੀਆ ਦੀ ਦੇਖਿਆ ਐਗਜ਼ੌਸਟ ਪਵਾਏ ਹੋਏ ਦੇ ਐਗਜ਼ੌਸਟ ਡਬਲ ਐਗਜ਼ੌਸਟ ਆ ਰੇਸ ਦੇ ਤੂੰ ਕਰ ਰੇਸ ਵਿਆਹ ਵਾਲਾ ਘਰ ਕਰ ਲੋਕ ਕਰ ਦੇ ਗੱਡੀ ਅੰਦਰ ਦੇਖ ਲਈ ਆਪਾਂ ਵੀ ਬੰਦ ਸਾਕੀ ਤਾਂ ਬੰਦ ਕਰ ਦੇ ਆਪਾਂ ਪਹੁੰਚ ਗਏ ਹਾਂ ਗੁਰਸ਼ਰਨ ਦੇ ਘਰ ਅਤੇ ਹੁਣ ਕਰਨ ਲੱਗੇ ਅੰਦਰ ਐਂਟਰੀ ਸਮਾਨ ਸਮੂਨ ਵੀ ਰੱਖਣਾ ਆਪਣਾ ਹਾਲੇ ਇਹ ਆ ਵਿਆਹ ਵਾਲਾ ਘਰ ਅਤੇ ਇੱਥੇ ਹੁਣ ਲੱਗਣ ਵਾਲੀਆਂ ਬਹੁਤ ਸਾਰੀਆਂ ਰੌਣਕਾਂ ਅਤੇ ਗੁਰਸ਼ਰਨ ਦੇ ਫਰੈਂਡ ਵੀ ਬਾਹਰੋਂ ਆਏ ਹੋਏ ਆ ਯੂਕੇ ਤੋਂ ਨਾਲ ਅਟੈਂਡ ਕਰਨ ਵਿਆਹ ਨੂੰ ਮੁੰਡਾ ਬੈਠਾ ਓਏ ਦੋਨੀ ਪਾਸੇ ਵਿਆਹ ਇੱਧਰ ਮਾਮੇ ਦੇ ਮੁੰਡੇ ਦਾ ਵਿਆਹ ਆ ਜਿੰਦਰ ਦਾ ਉੱਧਰ ਗੁਰਸ਼ਰਨ ਦਾ ਵਿਆਹ ਅਤੇ ਦੋਨੀ ਪਾਸੇ ਮੈਂ ਆਪਣਾ ਸਜਣਗੀ ਹੁਣ ਕਦੀ ਇੱਧਰ ਅਤੇ ਕਦੀ ਉੱਧਰ ਕਮਲੀਨ ਫਸਟ ਟਾਈਮ ਮੇਰੀ ਆਉਣ ਵਾਲੀ ਆ ਭਾਣਜੀ ਮੇਰੀ ਉਹਨੂੰ ਪਿੱਕ ਕਰਨ ਚੱਲੇ ਹਾਂ ਉਹਨੂੰ ਹੁਣ ਜਾਂਦੇ ਜਾਂਦੇ ਨੂੰ ਸਾਨੂੰ ਹਨੇਰਾ ਹੋ ਜਾਣਾ ਆ ਤੜਕੇ ਉਹਨੂੰ ਪਿੱਕ ਕਰਕੇ ਅਤੇ ਫਿਰ ਆਵਾਂਗੇ ਵਾਪਸ ਕੱਲ੍ਹ ਦਿਨੇ ਹੀ ਪਹੁੰਚਾਂਗੇ ਪਹੁੰਚ ਗਏ ਆਪਾਂ ਫਿਰ ਗੁਰਦਾਸਪੁਰੀਆਂ ਦੇ ਢਾਬੇ 'ਤੇ ਜਿੱਦਾਂ ਪਹਿਲਾਂ ਪਹੁੰਚੇ ਸੀ ਅੱਜ ਫਿਰ ਪਹੁੰਚ ਗਏ ਉੱਥੇ ਕਿਉਂਕਿ ਸਾਡਾ ਫੇਵਰੇਟ ਢਾਬਾ ਹੈ ਅੰਮ੍ਰਿਤਸਰ ਜਲੰਧਰ ਰੋਡ 'ਤੇ ਅਤੇ ਕੁਛ ਖਾਂਦੇ ਪੀਂਦੇ ਹਾਂ ਅਤੇ ਫਿਰ ਚੱਲਦੇ ਹਾਂ ਏਅਰਪੋਰਟ ਵੱਲ ਨੂੰ ਮੇਰੇ ਫੋਨ ਦੀ ਬੈਟਰੀ ਵੀ ਲੋ ਹੋ ਗਈ ਆ ਅਤੇ ਅੱਗੇ ਵੀਡੀਓ ਵੀ ਨਹੀਂ ਬਣਨੀ ਆ ਥੋੜ੍ਹਾ ਚਾਰਜ ਕਰ ਲੈਣਾ ਬਸ ਏਅਰਪੋਰਟ ਤੋਂ ਆਉਂਦੀ ਫਿਰ ਸਿੱਧੀ ਵੀਡੀਓ ਬਣਾਊਂਗਾ ਮੈਂ ਕਿਉਂਕਿ ਬਿਲਕੁਲ ਹੀ ਡੈੱਡ ਹੋ ਚੱਲਿਆ ਇਹ ਖਾ ਪੀ ਕੇ ਉਸ ਤੋਂ ਬਾਅਦ ਫਿਰ ਸਿੱਧਾ ਹੋ ਜਾਣਾ ਆ ਕਮਲੀਨ ਜਦੋਂ ਵਾਪਸ ਲੈ ਕੇ ਆਵਾਂਗੇ ਇੱਕ ਦੋ ਘੰਟੇ ਨੂੰ ਚਾਰਜ ਲਾਉਣੀ ਆ ਸਿੱਧੀ ਵੀਡੀਓ ਪਾਵਾਂਗੇ ਪਰ ਮੈਂ ਤਾਂ ਉੱਥੇ ਵੀ ਰਾਤ ਤੋਂ ਦਿਨ ਚੜ੍ਹ ਗਿਆ ਧੁੰਦ ਇੰਨੀ ਜ਼ਿਆਦਾ ਪਈ ਹੋਈ ਆ ਬੁਰੇ ਹਾਲ ਆ ਕੁਛ ਨਹੀਂ ਦੀਦਾ ਪਿਆ ਹੁਣ ਆਪਾਂ ਘਰ ਨੂੰ ਜਾਂਦੇ ਪਏ ਹਾਂ ਵਾਪਸ ਉੱਠਣ ਦੇ ਲਾਰਮ ਵੱਜਦੇ ਉਹ ਖੜ ਜਾਓ ਆ ਲੈ ਸਿੱਧੀ ਕੈਨੀ ਕੈਨੀ ਨਾਲ ਤੇਲ ਚੋ ਕੇ ਕੈਨੀ ਨਾਲ ਤੇਲ ਚੋ ਹੁੰਦੇ ਉਹ ਇੱਧਰ ਵੀ ਇੱਕ ਪਾਸਾ ਸੁੱਕਾ ਹੀ ਰਹਿਣ ਦਾ ਤੂੰ ਆ ਗਿਆ
ਆ ਦੇ ਉਧਰ ਉਧਰ ਆ ਦੇ ਨਾਨੀ ਦੇਖਾ ਮੈਂ ਕਿਹਾ ਸੀ ਨਾ ਉੱਠਣ ਤੋਂ ਪਹਿਲਾਂ ਪਹਿਲਾਂ ਆ ਜਾਣਾ ਆਪਣੇ ਪੁੱਤ ਦੇ ਟੂ ਨਾਨੀ ਗੁਰਸ਼ਰਨ ਦੀ ਪਾਰਟੀ ਦੀਆਂ ਤਿਆਰੀਆਂ, ਪਹਿਲਾਂ ਭੋਗ ਤੇ ਉਸ ਤੋਂ ਬਾਅਦ ਫਿਰ ਪਾਰਟੀ ਆ ਰਾਤ ਨੂੰ, ਤੇ ਟੈਂਟ ਵਗੈਰਾ ਸਾਰਾ ਕੁਛ ਲੱਗਣਾ ਸਟਾਰਟ ਹੋ ਗਿਆ, ਤੇ ਹੁਣ ਛੇਤੀ ਵੀ ਲੱਗਣਗੇ ਰੌਣਕਾਂ ਫਿਰ ਮੁੰਡੇ ਨੂੰ ਇੱਕ ਘੰਟਾ ਹੋ ਗਿਆ ਮੁੰਡੇ ਨੂੰ ਸਿਰ ਫੜੀ ਬੈਠੇ ਨੂੰ ਵੀ ਵਾਧੋ ਭਲਵਾਨ ਨੂੰ ਦੇਖੀ।